ਸੋ ਇੱਕ ਵਾਰੀ ਫੇਰ ਬੀਬਾ ਹਰਸਿਮਰ ਕੌਰ ਬਾਦਲ ਬਠਿੰਡਾ ਦੇ ਐਮਪੀ ਪਾਣੀਆਂ ਦੇ ਮੁੱਦੇ ਦੇ ਉੱਤੇ ਸੰਸਦ ਦੇ ਵਿੱਚ ਗੂੰਜੇ ਨੇ ਉਹਨਾਂ ਦੇ ਬੋਲ ਔਰ ਬਹੁਤ ਹੀ ਜ਼ਬਰਦਸਤ ਸਪੀਚ ਜਿਹੜੀ ਨਿਕਲ ਕੇ ਸਾਹਮਣੇ ਆਈ ਜਿਹਨੂੰ ਦੇਖ ਕੇ ਤੁਹਾਡਾ ਵੀ ਦਿਲ ਜਿਹੜਾ ਹੈਗਾ ਉਹ ਬੀਬਾ ਹਰਸਿਮਰ ਕੌਰ ਬਾਦਲ ਨੂੰ ਦੁਆਵਾਂ ਦੇਣ ਲੱਗ ਪਵੇਗਾ ਕਿਉਂਕਿ ਚਾਰ ਸੂਬਿਆਂ ਨੂੰ ਪੰਜਾਬ 'ਚੋਂ ਜੋ ਪਾਣੀ ਜਾਂਦਾ ਪਿਆ ਹੈਗਾ ਆ ਉਹਨਾਂ ਨੂੰ ਉਹਨਾਂ ਦੀ ਸਾਨੂੰ ਜਲਦ ਰਿਐਲਿਟੀ ਦਿੱਤੀ ਜਾਵੇ ਜਾਂ ਫਿਰ ਉਹਨਾਂ ਦਾ ਪਾਣੀ ਜਿਹੜਾ ਹੈਗਾ ਆ ਉਹ ਰੋਕਿਆ ਜਾਵੇ ਇਹ ਕਹਿਣਾ ਹੈਗਾ ਸੀ ਬੀਬਾ ਹਰਸਿਮਰ ਕੌਰ ਬਾਦਲ ਦਾ ਉਹਨਾਂ ਵੱਲੋਂ ਸੰਸਦ ਦੇ ਵਿੱਚ ਸ਼ੇਰਨੀ ਵਾਂਗ ਗੂੰਜ ਕੇ ਨਿਗਾਹ ਲਾਕੀ ਗਈ ਹੈ ਕਿ ਜਦੋਂ ਦੇਸ਼ ਦਾ ਪਾਣੀ ਘਟਦਾ ਆ ਕਿ ਤੁਸੀਂ ਸਾਡੇ ਰਾਜ ਤੋਂ ਜਿਹੜਾ ਹੈਗਾ ਪਾਣੀ ਲੈਂਦੇ ਹੋ ਦੂਜੇ ਸੂਬਿਆਂ ਦੇ ਪਾਣੀ ਸਾਨੂੰ ਸਾਡੇ ਕੋਲੋਂ ਲੈ ਲੈਂਦੇ ਹੈਗੇ ਹੋ ਕਿ ਜਦੋਂ ਦੂਜੇ ਰਾਜਾਂ ਦੇ ਵਿੱਚ ਪਾਣੀ ਵੱਧ ਜਾਂਦਾ ਹੈ ਤੇ ਪੰਜਾਬ ਦੇ ਵਿੱਚ ਤੁਸੀਂ ਪਾਣੀ ਛੱਡ ਦਿੰਦੇ ਹੋ ਤਾਂ ਕਿ ਪੰਜਾਬ ਦੇ ਜਿਹੜੇ ਪਿੰਡ ਹੈਗੇ ਆ ਉਹ ਉਸ ਪਾਣੀ ਦੀ ਚਪੇਟ ਦੇ ਵਿੱਚ ਆ ਜਾਣ। ਤੁਸੀਂ ਸਾਡੇ ਨਾਲ ਮਤਰੇਈ ਮਾਂ ਵਰਗਾ ਸਮਰਥਕ ਲਗਾਤਾਰ ਕਰਦੇ ਆਇਓ ਕਿ ਅਸੀਂ ਤੁਹਾਡੇ ਦੇਸ਼ ਦੇ ਰਾਜ ਦੇ ਜਿਹੜੇ ਹੈਗੇ ਦੇਸ਼ ਦੇ ਨਾਗਰਿਕ ਨਹੀਂ ਹੈਗੇ, ਕਿਉਂ ਤੁਸੀਂ ਪੰਜਾਬੀਆਂ ਨਾਲ ਹਮੇਸ਼ਾ ਵਿਤਕਰਾ ਕਰਦੇ ਹੋ, ਦੁਸ਼ਮਣੀ ਕੱਢਦੇ ਹੈਗੇ ਹੋ, ਕਿਉਂ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਕਰਦੇ ਹੋ? ਜੇ ਤੁਹਾਡੀ ਚਾਰੇ ਪਾਸੇ ਕੋਈ ਗੱਲ ਨਹੀਂ ਬਣਦੀ ਤਾਂ ਫਿਰ ਤੁਸੀਂ ਪਾਣੀ ਦੀ ਕਮੀ ਨੂੰ ਦੂਰ ਕਰਨ ਲਈ ਐਸ ਵਾਈ ਐਲ ਦਾ ਜਿਹੜਾ ਮੁੱਦਾ ਲੈ ਕੇ ਸ਼ੁਰੂ ਕਰ ਦਿੰਦੇ ਹੋ ਕਿ ਐਸ ਵਾਈ ਐਲ ਬਣਾਈ ਜਾਵੇ। ਲੇਕਿਨ ਸਾਨੂੰ ਇਸ ਗੱਲ ਦੱਸੋ, ਜਦੋਂ ਦੂਜੀ ਸਟੇਟਾਂ ਸਾਨੂੰ ਕੋਈ ਵੀ ਚੀਜ਼ ਦੇਣ ਲੱਗੇ ਸਾਡੇ ਕੋਲ ਪੈਸੇ ਲੈਂਦੀਆਂ ਹੈ ਤੇ ਜਦੋਂ ਸਾਡੀ ਸਟੇਟ ਦਾ ਪਾਣੀ ਦੂਜੇ ਰਾਜਾਂ ਦੇ ਵਿੱਚ ਜਾਂਦਾ ਹੈ ਤਾਂ ਫਿਰ ਸਾਨੂੰ ਪੈਸੇ ਕਿਉਂ ਨਹੀਂ ਦਿੱਤੇ ਜਾਂਦੇ, ਕਿਉਂ ਨਹੀਂ ਸਾਨੂੰ ਰਿਐਲਿਟੀ ਦੀ ਉਹ ਦਿੱਤੀ ਜਾਂਦੀ? ਇਹ ਕਹਿਣਾ ਹੈਗਾ ਸੀ ਬੀਬਾ ਹਰਸਿਮਰ ਕੌਰ ਬਾਦਲ ਦਾ। ਉਹਦੇ ਬੋਲ ਜਿਹੜੇ ਹੈਗੇ ਸੀ ਪੂਰੀ ਸੰਸਦ ਮੈਂਬਰ ਦੇ ਵਿੱਚ ਗੂੰਜਦੇ ਪਏ ਸੀ ਔਰ ਪੰਜਾਬੀਆਂ ਲਈ ਇੱਕ ਮਾਣ ਵਾਲੀ ਗੱਲ ਵੀ ਹੈਗੀ, ਇੱਕ ਵੱਡਾ ਜਿਹੜਾ ਮੁੱਦਾ ਜਿਹੜਾ ਹੈਗਾ ਆ ਉਹ ਬੀਬਾ ਹਰਸਿਮਰ ਕੌਰ ਵੱਲੋਂ ਜਿਹੜਾ ਸੰਸਦ ਦੇ ਵਿੱਚ ਉਹ ਉਠਾਇਆ ਗਿਆ ਹੈਗਾ। ਔਰ ਫਿਰ ਮੈਂ ਨੈਚੁਰਲ ਕਮੈਲਿਟੀਜ਼ ਕੀ ਬਾਤ ਕਰੂੰ ਤੋ ਫਲੱਡ ਰਿਲੀਫ ਆਪਣੇ ਰਾਜਿਓਂ ਕੋ ਦਿਆ, ਬਹੁਤ ਅੱਛੀ ਬਾਤ। ਜੈਸੇ ਮੇਰੇ ਸਹਿਯੋਗੀ ਨੇ ਮੇਰੇ ਸੇ ਪਹਿਲੇ ਬੋਲਾ ਕਿ ਯੇ ਜੋ ਪਾਣੀ ਆਤਾ ਹੈ ਹਿਮਾਚਲ ਕੋ ਆਪਨੇ ਦਿਆ ਪੈਕੇ, ਤੋ ਹਿਮਾਚਲ ਕਾ ਪਾਣੀ ਪੰਜਾਬ ਮੇ ਆ ਕੇ ਪੰਜਾਬ ਕੋ ਜਬ ਡੁਬੋ ਦੇਤਾ ਹੈ ਔਰ ਤਬਾਹੀ ਮਚਾਤਾ ਹੈ ਤੋ ਪੰਜਾਬ ਕੋ ਆਪ ਕਿਉਂ ਭੁੱਲ ਜਾਤੇ ਹੈ? ਜਬ ਪਾਣੀ ਡੈਮ ਮੇ ਭਰ ਜਾਤਾ ਹੈ ਤੋ ਆਪ ਡੈਮ ਖੋਲ ਦੇਤੇ ਔਰ ਹਮਾਰਾ ਪੰਜਾਬ ਡੁਬਾ ਦੇਤੇ ਹੈ। ਜਬ ਘੱਗਰ ਰਿਵਰ ਕਾ ਲੈਵਲ ਉੱਪਰ ਹੋ ਜਾਤਾ ਹੈ ਤੋ ਚੁੱਪ ਚੁੱਪੀ ਤੇ ਸਾਤ ਕੇ ਰਾਜਿਓਂ ਕੋ ਬਚਾਨੇ ਕੇ ਲੀਏ ਬੰਦ ਤੋੜ ਦੇਤੇ ਔਰ ਹਮਾਰੇ ਗਾਓਂ ਕੋ ਡੁਬਾ ਦੇਤੇ ਹੈ। ਤੋ ਜਬ ਬਾੜ ਆਤੀ ਹੈ ਤੋ ਉਨਕੋ ਆਪਨੇ ਦਿਆ ਪੈਕੇਜ ਮੇ ਉਸਕਾ ਆਪਕੋ ਆਭਾਰ ਪ੍ਰਕਟ ਕਰਤੀ ਹੂੰ, ਲੇਕਿਨ ਹਮਾਰੇ ਰਾਜ ਕੇ ਸਾਥ ਕਿਆ ਦੁਸ਼ਮਨੀ ਹੈ? ਕਿਆ ਪੰਜਾਬ ਕੇ ਜਨਤਾ, ਪੰਜਾਬ ਕੇ ਲੋਕ, ਪੰਜਾਬ ਕੇ ਕਿਸਾਨ, ਪੰਜਾਬ ਕਾ ਇਨਫਰਾਸਟ੍ਰਕਚਰ ਸਰਕਾਰ ਕੋ ਮੈਟਰ ਨਹੀਂ ਕਰਤਾ? ਔਰ ਹੈਰਾਨੀ ਕੀ ਬਾਤ ਸਰ, ਜਬ ਬਾੜ ਆਤੀ ਹੈ ਤੋ ਪੰਜਾਬ ਸਫਰ ਕਰੇ, ਜਬ ਪਾਣੀ ਕੀ ਕਮੀ ਹੋ ਜਾਤੀ ਹੈ ਤੋ ਫਿਰ ਕਾਂਗਰਸ ਹੋ, ਆਮ ਆਦਮੀ ਹੋ, ਭਾਜਪਾ ਹੋ, ਸਾਰੇ ਇਕੱਠੇ ਹੋ ਕੇ ਸ਼ਡਯੰਤਰ ਖੇਲੇ ਕਿ ਇਸ ਵੇਲ ਕੀ ਨਹਿਰ ਬਣਾਈਏ ਤਾਂ ਕਿ ਪੰਜਾਬ ਕਾ ਪਾਣੀ ਦੂਸਰੇ ਰਾਜੇ ਕੋ ਜਾਈਏ। ਤੋ ਜਬ ਪਾਣੀ ਕਮ ਹੋਤਾ ਹੈ ਤਬ ਤੋ ਹਮਾਰਾ ਪਾਣੀ ਚੁਰਾਨਾ ਚਾਹਤੇ ਹੈ, ਜਬ ਪਾਣੀ ਉਨਮੇ ਜ਼ਿਆਦਾ ਹੋ ਜਾਤਾ ਹੈ ਤੋ ਪੰਜਾਬ ਕੋ ਫਲੱਡ ਕਰ ਦੇਤੇ ਹੈ। ਔਰ ਸਰ ਆਪਕੋ ਮੈਂ ਯੇ ਵੀ ਬਤਾਨਾ ਚਾਹਤੀ ਹੂੰ, ਤਕਰੀਬਨ 70 ਸਾਲ ਪਹਿਲੇ ਇਸ ਸਰਕਾਰ ਨੇ, ਕਾਂਗਰਸ ਸਰਕਾਰ ਨੇ ਰਿਪੇਰੀਅਨ ਪ੍ਰਿੰਸੀਪਲਸ ਕੇ ਖਿਲਾਫ ਹਮਾਰਾ ਪਾਣੀ ਰਾਜਸਥਾਨ ਕੋ ਦੇ ਦਿਆ ਔਰ ਕਹਤੇ ਥੇ ਇੱਕ ਸਾਲ ਮੇ ਉਸ ਪਾਣੀ ਕਾ ਕੋਸਟ ਕਿਆ ਹੋਗਾ ਆਪਕੋ ਡਿਸਾਈਡ ਕਰਕੇ ਮੇਰੇ। 70 ਸਾਲ ਸੇ ਆਜ ਤੱਕ ਡਿਸੀਜਨ ਨਹੀਂ ਹੋਏ ਤੋ ਜੋ ਪਾਣੀ ਹਮਾਰਾ ਦੂਸਰੇ ਰਾਜੇ ਕੋ ਰਿਪੇਰੀਅਨ ਪ੍ਰਿੰਸੀਪਲ ਕੇ ਅਗੇਂਸਟ ਜਾ ਰਹਾ ਹੈ, ਯਾ ਉਸਕੋ ਬੰਦ ਕੀਆ ਜਾਏ ਯਾ ਹਮੇ ਉਸਕਾ ਪੈਸਾ ਦਿਆ ਜਾਏ।